ਜਿਵੇਂ ਕਿ ਅਸੀਂ ਯੂਜੀਸੀ ਦੀ ਤਿਆਰੀ ਕਰ ਰਹੇ ਹਾਂ ਜਾਂ ਕੁਝ ਵੀ ਪੰਜਾਬੀ ਦੇ ਸਾਡੇ ਟੌਪਿਕ ਹੁੰਦੇ ਉਹਨਾਂ ਦੀ ਤਿਆਰੀ ਕਰ ਰਹੇ ਹਾਂ ਜੋ ਕਿ ਐਮਏ ਸੈਮੈਸਟਰ ਦੇ ਵਿੱਚ ਵੀ ਜੋ ਟੌਪਿਕਸ ਨੇ ਉਹਨਾਂ ਨੂੰ ਵੀ ਆਪਾਂ ਕਵਰ ਕਰ ਰਹੇ ਹਾਂ ਜਦਕਿ ਪਹਿਲਾਂ ਹੋ ਚੁੱਕੇ ਨੇ ਪਰ ਕਈ ਬੱਚਿਆਂ ਦਾ ਉਹਨਾਂ ਤੇ ਹੀ ਮੈਸੇਜ ਆ ਰਿਹਾ ਸੀ ਪਰਸਨਲੀ ਕਿ ਵੀਰ ਕਾ ਸੂਫੀ ਕਾ ਇਹਨਾਂ ਕਾਪਸ ਦੇ ਉੱਤੇ ਤੁਸੀਂ ਦੁਆਰਾ ਦੇ ਉੱਤੇ ਦੁਆਰਾ ਤੋਂ ਵੀਡੀਓ ਬਣਾ ਦਿਓ ਤਾਂ ਜੋ ਉਹ ਤਿਆਰੀ ਕਰ ਸਕਣ ਤੇ ਜੋ ਅੱਜ ਅਸੀਂ ਕਰਨ ਜਾ ਰਹੇ ਹਾਂ ਵੀਰ ਕਾ ਕਰਨ ਜਾ ਰਹੇ ਹਾਂ ਇਹ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣਾ ਚਾਹੁੰਦੀ ਹਾਂ ਕਿ ਇੱਕ ਵਟਸਐਪ ਗਰੁੱਪ ਹੈ UGC ਨੈਟ ਲਈ ਪੰਜਾਬੀ ਦੇ ਲਈ ਜੋ ਵੀ ਤੁਹਾਡੀ ਇਨਫੋਰਮੇਸ਼ਨ ਆ ਜਾਂ ਕੋਈ ਵੀ ਅਪਡੇਟ ਦੇ ਲਈ ਇੱਕ ਵਟਸਐਪ ਗਰੁੱਪ ਬਣਾਇਆ ਗਿਆ ਆ ਤੇ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ 'ਚ ਮੈਂ ਉਹਦਾ ਲਿੰਕ ਦੇ ਦਾਂਗੀ ਤਾਂ ਪਲੀਜ਼ ਜਿਨ੍ਹਾਂ ਨੇ ਜਾਣਾ ਹੈ ਤਾਂ ਉੱਥੇ ਜਾ ਕੇ ਤਾਂ ਉਸ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੇ ਵਟਸਐਪ ਗਰੁੱਪ ਤੇ ਜੁਆਇਨ ਹੋ ਜਾਓਗੇ ਉੱਥੇ ਜਿੰਨੇ ਬੰਦੇ ਨੇ ਪੜ੍ਹਨ ਵਾਲੇ ਸਟੂਡੈਂਟਸ ਹੀ ਨੇ ਮੇਰੇ ਫਰੈਂਡਸ ਨੇ ਮੈਂ ਹਾਂ ਖੁਦ ਉੱਥੇ ਤਾਂ ਤੁਸੀਂ ਉੱਥੇ ਕੁਝ ਵੀ ਅਪਡੇਟ ਹੁੰਦੀ ਹੈ ਤਾਂ ਤੁਹਾਨੂੰ ਉੱਥੇ ਮਿਲਦੀ ਰਹਿੰਦੀ ਹੈ ਨਵੀਂ ਨਵੀਂ ਵੀਡੀਓਜ਼ ਹੋਰ ਸੋਰਸਿਸ ਸਾਰੇ ਉੱਥੇ ਤੁਹਾਨੂੰ ਮਿਲ ਜਾਣਗੇ ਤਾਂ ਉਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਉਸ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲਿਓ ਚੈਨਲ ਨੂੰ ਤਾਂ ਤੁਸੀਂ ਸਬਸਕ੍ਰਾਈਬ ਕਰ ਹੀ ਦੇਣਾ ਹੈ ਤਾਂ ਕਰ ਦਿਓ ਸੋ ਅੱਜ ਜੋ ਅਸੀਂ ਟੌਪਿਕ ਕਰਨ ਜਾ ਰਹੇ ਹਾਂ ਉਹ ਵੀਰ ਕਾਵ ਦੇ ਉੱਤੇ ਕਰਨ ਜਾ ਰਹੇ ਹਾਂ ਕਿ ਵੀਰ ਕਾਵ ਹੁੰਦਾ ਕੀ ਹੈ ਵੀਰ ਕਾਵ ਪਹਿਲੇ ਅਸੀਂ ਸਿੰਪਲੀ ਅਸੀਂ ਵੀਰ ਕਾਵ ਦੀ ਗੱਲ ਕਰਦੇ ਕਿ ਵੀਰ ਕਾਵ ਹੁੰਦਾ ਕੀ ਹੈ ਦੇਖੋ ਵੀਰ ਕਾਵ ਤੇ ਇਹਦੇ ਵਿੱਚ ਟੌਪਿਕ 'ਚ ਵਾਰ ਤੇ ਜੰਗ ਨਾਮ ਬਾਰੇ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਵੀਰ ਕਾਵ ਹੁੰਦਾ ਕੀ ਹੈ ਠੀਕ ਹੈ ਵੀਰ ਕਾਵ ਦੇ ਵਿੱਚ ਅਸੀਂ ਵਾਰ ਦੀ ਗੱਲ ਕਰਦੇ ਹਾਂ ਵਾਰ ਵਾਰ ਦਾ ਮਤਲਬ ਪਹਿਲੇ ਵਾਰ ਨੂੰ ਸੁਣਦੇ ਸਾਨੂੰ ਕੀ ਦਿਖਦਾ ਹੈ ਵਾਰ ਕਰਨਾ ਪਿੱਛੇ ਧੱਕਣਾ ਵਿਰੋਧ ਕਰਨਾ ਵੀਰ ਕਾਵ ਦਾ ਮਤਲਬ ਵਾਰ ਦਾ ਮਤਲਬ ਹੈ ਜਦੋਂ ਅਸੀਂ ਵਾਰਾਂ ਸੁਣਦੇ ਹਾਂ ਤੁਸੀਂ ਵਾਰਾਂ ਪੜ੍ਹੀ ਵੀ ਹੈ ਮੀਨ ਸਭ ਤੋਂ ਫੇਮਸ ਚੰਡੀ ਦੀ ਵਾਰ ਹੈਗੀ ਹੈ ਤੇ ਆਪਾਂ ਉਸ ਬਾਰੇ ਕਾਫੀ ਸੁਣਿਆ ਹੋਇਆ ਹੈ ਠੀਕ ਹੈ ਤਾਂ ਵਾਰ ਦਾ ਜਿਹੜਾ ਮਤਲਬ ਹੁੰਦਾ ਆ ਵਾਰ ਕਰਨਾ ਪਿੱਛੇ ਧੱਕਣਾ ਆ ਵਿਰੋਧ ਕਰਨਾ ਮਤਲਬ ਵਾਰ ਦੇ ਵਿੱਚ ਤਾਂ ਸਾਨੂੰ ਪਤਾ ਹੀ ਕਿ ਦੋ ਧਿਰਾਂ ਹੁੰਦੀਆਂ ਨਾਇਕ ਤੇ ਖਲਨਾਇਕ ਠੀਕ ਹੈ ਉਹਨਾਂ ਵਿੱਚ ਆਪਸੀ ਲੜਾਈ ਹੁੰਦੀ ਹੈ ਝਗੜਾ ਹੁੰਦਾ ਹੈ ਉਸ ਨੂੰ ਲੈ ਕੇ ਵਾਰਾਂ ਲਿਖੀਆਂ ਜਾਂਦੀਆਂ ਨੇ ਅੱਗੇ ਇਹਦੇ ਵਿੱਚ ਜਿਹੜੀਆਂ ਵਾਰਾਂ ਹੁੰਦੀਆਂ ਪੌੜੀ ਛੰਦ ਦੇ ਵਿੱਚ ਹੁੰਦੀਆਂ ਨੇ ਪੌੜੀਆਂ ਦੇ ਵਿੱਚ ਹੁੰਦੀਆਂ ਨੇ ਠੀਕ ਹੈ ਤੇ ਕਾਨ ਸਿੰਘ ਨੇ ਇਹਨੂੰ ਇਹਦਾ ਅਸਲੀ ਰੂਪ ਪੌੜੀ ਕਿਹਾ ਹੈ ਕਿ ਪੌੜੀ ਵਿੱਚ ਜਿਹੜੀ ਕਵਿਤਾ ਲਿਖੀ ਜਾਂਦੀ ਹੈ ਉਸ ਨੂੰ ਵਾਰ ਕਹਿੰਦੇ ਨੇ ਠੀਕ ਹੈ ਤੱਤ ਕੀ ਹੁੰਦੇ ਨੇ ਮੇਨ ਜਿਹੜੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਵਾਰ ਦੇ ਤੱਤ ਕੀ ਹੁੰਦੇ ਨੇ ਤੱਤ ਮਤਲਬ ਉਹ ਲਾਈਨ ਵਾਈਜ਼ ਕੀ ਹੁੰਦਾ ਹੈ ਠੀਕ ਹੈ ਤੇ ਵਾਰ ਕੀ ਸਭ ਤੋਂ ਪਹਿਲਾਂ ਮੰਗਲਾਚਰਨ ਮੰਗਲਾਚਰਨ ਮੋਸਟ ਇੰਪੋਰਟੈਂਟ ਹੈ ਜਾਂ ਤੁਹਾਨੂੰ ਇਹ ਵੀ ਕੁਐਸਚਨ ਵੀ ਆ ਸਕਦਾ ਹੈ ਐਮਸੀਕਿਊ 'ਚ ਕਿ ਵਾਰ ਦਾ ਮੁੱਖ ਰੂਪ ਮੁੱਖ ਤੱਤ ਕਿਹੜਾ ਹੈ ਮੰਗਲਾਚਰਨ ਮੰਗਲਾਚਰਨ ਵਾਰ ਕਿੱਥੋਂ ਸਟਾਰਟ ਹੁੰਦੀ ਹੈ ਮੰਗਲਾਚਰਨ ਤੋਂ ਦੋ ਐਮਸੀਕਿਊ ਮੰਗਲਾਚਰਨ ਕਿਸ 'ਚ ਪਾਇਆ ਜਾਂਦਾ ਜ਼ਿਆਦਾਤਰ ਵਾਰ ਕਾਵਿ ਦੇ ਵਿੱਚ ਪਾਇਆ ਜਾਂਦਾ ਹੈ ਠੀਕ ਹੈ ਤਾਂ ਇਹ ਐਮਸੀਕਿਊ ਤੋਂ ਕਾਫੀ ਕੁਐਸਚਨ ਬਣ ਸਕਦੇ ਆ ਤੇ ਯਾਦ ਰੱਖਿਓ ਮੰਗਲਾਚਰਨ ਜੋ ਹੈਗਾ ਆ ਵਾਰ ਦਾ ਮੁੱਖ ਰੂਪ ਹੈ ਤੇ ਸਟਾਰਟ ਹੀ ਵਾਰ ਮੰਗਲਾਚਰਨ ਤੋਂ ਹੁੰਦੀ ਹੈ ਠੀਕ ਹੈ ਫਿਰ ਸੰਘਰਸ਼ ਪੱਖ ਦੋ ਧਿਰਾਂ ਦੇ ਵਿੱਚ ਸੰਘਰਸ਼ ਪੱਖ ਦਰਸਾਇਆ ਜਾਂਦਾ ਨਾਇਕ ਦੇ ਪ੍ਰਤੀ ਨਾਇਕ ਬਾਰੇ ਦੱਸਿਆ ਜਾਂਦਾ ਹੈ ਨਾਇਕ ਤੇ ਖਲਨਾਇਕ ਬਾਰੇ ਦੱਸਿਆ ਜਾਂਦਾ ਨਾਇਕ ਹੁੰਦਾ ਚੰਗਾ ਖਲਨਾਇਕ ਹੁੰਦਾ ਬੁਰਾ ਠੀਕ ਹੈ ਜਿਸ ਨੂੰ ਮਾਰਨਾ ਹੁੰਦਾ ਹੈ ਨਾਇਕ ਜਿਹੜਾ ਸੱਚ ਦਾ ਹੁੰਦਾ ਪ੍ਰਤੀਕ ਤੇ ਇਹ ਬੁਰਾਈ ਦਾ ਪ੍ਰਤੀਕ ਹੁੰਦਾ ਹੈ ਅਛਾਈ ਦਾ ਬੁਰਾਈ ਦਾ ਨਾਇਕ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਇਸ ਪੂਰੀ ਜਿਹੜੀ ਕੀ ਕਹਿੰਦੇ ਆ ਵਾਰ ਦੇ ਵਿੱਚ ਜਿਹੜਾ ਨਾਇਕ ਆ ਉਹਦੀ ਹੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਕਿ ਉਹ ਕਿਸ ਤਰ੍ਹਾਂ ਬਹਾਦਰ ਹੈ ਜਿਵੇਂ ਦੁਰਗਾ ਮਾਤਾ ਦੀ ਤੁਸੀਂ ਕਾਫੀ ਪ੍ਰਸ਼ੰਸਾ ਸੁਣੀ ਆ ਜਦਕਿ ਦੂਸਰੇ ਪਾਸੇ ਜਿਹੜੇ ਉਹ ਸੀਗੇ ਦਾਨਵ ਸੀ ਉਹਨਾਂ ਦੀ ਵੀ ਦੱਸੀ ਜਾਂਦੀ ਸੀ ਪਰ ਉਸ ਦੇ ਨਾਲ ਹੀ ਦੁਰਗਾ ਮਾਤਾ ਦੀ ਜਿਹੜੀ ਪ੍ਰਸ਼ੰਸਾ ਚੰਗੀ ਤਰ੍ਹਾਂ ਦੱਸੀ ਜਾਂਦੀ ਆ ਉਸ ਤੋਂ ਬਾਅਦ ਜਸ ਗਾਇਨ ਉਹਦੇ ਵਿੱਚ ਜਸ ਦਾ ਗਾਇਨ ਕੀਤਾ ਜਾਂਦਾ ਹੈ ਜਿੱਤ ਬਾਰੇ ਦੱਸਿਆ ਜਾਂਦਾ ਹੈ ਮਤਲਬ ਉਹਨਾਂ ਦੇ ਅੰਦਰ ਜਿਹੜੀ ਹੈ ਇੱਕ ਸ਼ਕਤੀ ਇੱਕ ਤਾਕਤ ਭਰਨ ਦੇ ਲਈ ਜਸ ਗਾਇਨ ਕੀਤਾ ਜਾਂਦਾ ਹੈ ਜਿਵੇਂ ਨਗਾਰੇ ਵਜਾਏ ਜਾਂਦੇ ਹਨ ਮਤਲਬ ਉਹਦੇ ਨਾਲ ਉਹਨਾਂ ਦੇ ਅੰਦਰ ਨਾ ਪਾਵਰ ਆਉਂਦੀ ਆ ਜਦੋਂ ਵੀ ਅਸੀਂ ਕੁਝ ਦੇਖਦੇ ਹਾਂ ਸਾਨੂੰ ਕਿਸੇ ਨੂੰ ਮੋਟੀਵੇਟ ਕਰਨਾ ਹੁੰਦਾ ਕਿੱਦਾਂ ਸਪੀਚ ਦਿੰਦਾ ਆ ਕੁਝ ਵੀ ਤੁਸੀਂ ਗਾਣਾ ਸੁਣ ਲਓ ਇੱਕ ਤੁਹਾਨੂੰ ਮੋਟੀਵੇਸ਼ਨ ਆ ਜਾਂਦੀ ਹੈ ਕਈ ਚੀਜ਼ਾਂ ਤੇ ਤਾਂ ਇਸੇ ਤਰ੍ਹਾਂ ਜਸ ਗਾਇਨ ਕੀਤਾ ਜਾਂਦਾ ਵਾਰ ਦੇ ਵਿੱਚ ਰਸ ਅਲੰਕਾਰ ਛੰਦ ਇਹਨਾਂ ਦਾ ਮੁੱਖ ਰੂਪ ਆ ਰਸ ਦਾ ਮੁੱਖ ਰੂਪ ਆ ਠੀਕ ਹੈ ਅਲੰਕਾਰ ਛੰਦ ਇਹਨਾਂ ਦਾ ਮੁੱਖ ਰੂਪ ਦੂਜੀ ਗੱਲ ਜਿਹੜੀ ਇਹਦੇ ਵਿੱਚ ਕਰਾਂਗੇ ਵਾਰਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਦੁਨਿਆਵੀ ਵਾਰਾਂ ਜਿਹੜੀਆਂ ਆਮ ਚੱਲਦੀਆਂ ਨੇ ਦੁਨੀਆਂ ਨੂੰ ਲੈ ਕੇ ਠੀਕ ਹੈ ਜਿਵੇਂ ਕਿ ਕਿਸੇ ਬੰਦੇ ਦਾ ਦੂਸਰੇ ਬੰਦੇ ਦੇ ਨਾਲ ਕਿਸੇ ਵਿਅਕਤੀ ਉਹ ਲੜਾਈਆਂ ਝਗੜੇ ਹੋ ਵਾਲੇ ਅਧਿਆਤਮਿਕ ਵਾਰਾਂ ਜਿਹੜੀਆਂ ਆਤਮਿਕ ਵਾਰਾਂ ਹੁੰਦੀਆਂ ਨੇ ਪਰਮਾਤਮਾ ਨੂੰ ਲੈ ਕੇ ਵਾਰਾਂ ਹੁੰਦੀਆਂ ਨੇ ਠੀਕ ਹੈ ਹੁਣ ਚੀਜ਼ ਕਵਰ ਹੋ ਗਈ ਵਾਰ ਦਾ ਮਤਲਬ ਕਿੱਥੋਂ ਆਇਆ ਵਾਰ ਕਰਨਾ ਪਿੱਛੇ ਧੱਕਣਾ ਵਿਰੋਧ ਕਰਨਾ ਵਾਰ ਹੁੰਦਾ ਹੈ ਤੇ ਪੌੜੀ ਛੰਦ ਵਿੱਚ ਹੁੰਦਾ ਹੈ ਕਿਹੜਾ ਕਿਹੜਾ ਕਾਵ ਰੂਪ ਪੌੜੀ ਛੰਦ ਹੁੰਦਾ ਹੈ ਵਾਰ ਠੀਕ ਹੈ ਵਾਰ ਕਿਹੜੇ ਉਹਦੇ ਵਿੱਚ ਜ਼ਿਆਦਾ ਨੂੰ ਇੱਧਰ ਕੁਸ਼ਚਨ ਇੱਦਾਂ ਆ ਸਕਦਾ ਯਾਦ ਰੱਖੋ ਪੌੜੀ ਛੰਦ ਵਿੱਚ ਜਿਹੜਾ ਮੇਨ ਵਾਰ ਮਿਲਦਾ ਆ ਤੱਤ ਕਿਹੜੇ ਨੇ ਮੰਗਲਾਚਰਨ ਸੰਘਰਸ਼ ਪੱਖ ਨਾਇਕ ਤੇ ਪ੍ਰਤੀ ਨਾਇਕ ਨਾਇਕ ਦੀ ਬਹਾਦਰੀ ਦੀ ਪ੍ਰਸ਼ੰਸਾ ਜਸ ਗਾਇਨ ਰਸ ਅਲੰਕਾਰ ਤੇ ਕਿੰਨੀ ਤਰ੍ਹਾਂ ਦੀਆਂ ਵਾਰਾਂ ਹੁੰਦੀਆਂ ਨੇ ਦੋ ਤਰ੍ਹਾਂ ਦੀ ਦੁਨਿਆਵੀ ਵਾਰਾਂ ਅਧਿਆਤਮਿਕ ਵਾਰਾਂ ਠੀਕ ਹੈ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਇਸ ਨੂੰ ਸ਼ੇਅਰ ਸਬਸਕ੍ਰਾਈਬ ਕਰ ਦਿਓ ਇਹ ਛੋਟੀ ਜਿਹੀ ਵੀਡੀਓ ਸੀਗੀ
बनानी हुई तो मैं कोशिश की बना सक। इस अलावा कल अगर हो सके तो मैं लाइव होके सेशन कर लेंगे, लाइव होके पर मेरे को उधर अप्लाई नहीं कर हूँ पर मे भी चलो आप कुछ ना कुछ कर लेंगे। सो अपना ये एज अ टॉपिक इन्ना कि बहुत छोटा है, स्टार्टिंग है जस्ट एक वीडियो क्लिप तुहाडे लई आज दे लई, बाकी अपना वीडियो लगातार कॉन्टिन्यू पाते रहेंगे। थैंक यू। तो वट्सअप ग्रुप जरूर ज्वाइन कर लिया नीचे दिते हुए थे। प्लीज इंस्टाग्राम की जगह से तुम इतने कमेंट कर दिया करो, ठीक है। कुछ बच्चे इंस्टाग्राम से आके करते हैं ना, तो इंस्टाग्राम से ना करो इतने करो आके, ठीक है। जो भी कमेंट होगा इतने करो, आप गल करेंगे, हर गल का जवाब दिता जाएगा। अगर मैं पता होगा मैं ता भी पता करके तुम उसका जवाब देवगा। थैंक यू।